ਤਾਂ ਮੈਂ ਇਹ ਚੀਜ਼ ਦਾ ਗਿਵ ਅਵੇ ਕਰੂੰਗਾ ਠੀਕ ਹੈ ਆਪਣੇ ਕਿਸੇ ਲੱਕੀ ਸਬਸਕ੍ਰਾਈਬਰ ਨੂੰ ਓਏ ਸੱਤਾ ਦਾ ਤੇ ਬਾਈ ਇਹ ਹੈਗਾ ਕੁਇੰਟਲ ਦੇ ਕਰੀਬ ਓਏ ਮੇਰੇ ਨਾਲ ਮਾਰੀ हाँ जी भाई सत श्री अकाल सारयां नूं वेलकम बैक जी नवें व्लॉग दे विच। ते मित्रो व्लॉग स्टार्ट करने तो पहला मैं कुछ क बंदियां दा शॉट आउट देना चाहुंदा ठीक है जिहड़ियां ने पिछे वाले व्लॉग दे विच कमेंट करे थे। ते सब तो पहला हैगा भाई जगदीप 786 ते दूजा हैगा नितिन गिल नितिन शर्मा सच मिक्स हो गया सॉरी भाई सॉरी ठीक है। तीजा हैगा भाई दिलराज सिंह गिल ठीक है थोड़ी मिक्सिंग हो गई थी माफ करियो ठीक है। बाकी भाई मैं पहला शॉट आउट दे करदा था मैं हुण मैं मतलब बंद जिहा करता तो एक अद्धा कमेंट आ गया ठीक है। ते बंद मैं तां करिया था भी मतलब अपना ना 30-40 सेकंड या एक मिनट व्लॉग का अपना ऐ चले जाता है ठीक है ना ਐਂ ਚਲੇ ਜਾਂਦਾ ਸਮਾਨ ਠੀਕ ਹੈ ਮਤਲਬ ਕਿ ਇੱਕ ਅੱਧਾ ਮਿੰਟ ਆਪਣਾ ਟਾਈਮ ਐਂ ਚਲੇ ਜਾਂਦਾ ਮੈਂ ਤਾਂ ਕਰਕੇ ਬੰਦ ਕਰਤਾ ਤੇ ਅੱਜ ਦਾ ਵਲੌਗ ਬਾਈ ਸ਼ੁਰੂ ਕਰਦੇ ਹਾਂ ਠੀਕ ਹੈ। ਤੇ ਅੱਜ ਬਾਈ ਸਾਈਕਲ ਵੀ ਧੋਤਿਆ ਠੀਕ ਹੈ ਮੈਂ ਜਮਾਂ ਗੰਦਾ ਹੋਇਆ ਵਤਾ ਤੇ ਇੱਧਰ ਫਰਸ਼ ਫੁਰਸ਼ ਧੋਣ ਲੱਗੇ ਵੀ ਤੇ ਆ ਵੀ ਨਾਲ ਲੱਗਦੇ ਵੀ ਧੋਤਿਆ ਠੀਕ ਹੈ ਤੇ ਮੋਟਰਸਾਈਕਲ ਵੀ ਧੋਤਾ ਤੁਹਾਨੂੰ ਦਿਖਾਉਂਦਾ ਮੈਂ ਲਓ ਚੈੱਕ ਕਰੋ ਮੈਂ ਤੇਰੇ ਪਾਲਿਸ਼ ਪੁਲਿਸ਼ ਮਾਰ ਕੇ ਖੜਾਇਆ ਵਾ ਠੀਕ ਹੈ ਜਿਵੇਂ ਐਨ ਪਾਲਿਸ਼ ਪੁਲਿਸ਼ ਮਾਰ ਕੇ ਖੜਾ ਤਾ ਤੇ ਇਹਦੇ ਨਾਲ ਧੋਤਾ ਤਾ ਉਦੋਂ ਇਹਦੀ ਗੱਲ ਕਰਦਾ ਤਾ ਮੈਂ ਪੰਪ ਹੈ ਬਾਈ ਇਹ ਠੀਕ ਹੈ ਦੂਜਾ ਹੁਣ ਪ੍ਰੈਸ਼ਰ ਪੰਪ ਜਾਂ ਹੁੰਦਾ ਇਹਦੇ ਨਾਲ ਧੋਤਾ ਤਾ ਮੋਟਰਸਾਈਕਲ ਤੇ ਉਹ ਵੀ ਇਹਦੇ ਨਾਲ ਧੋਤਾ ਤਾ ਐਨ ਮਤਲਬ ਇਹਦੇ ਨਾਲ ਤਾਂ ਫਾਇਦਾ ਇਹਦੇ ਨਾਲ ਸਵਾਦ ਤਾਂ ਧੋਣ ਦਾ ਤਾਂ ਇਹ ਨਾ ਥੱਲੇ ਤੇ ਐਨ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ ਜਿਵੇਂ ਨਵੀਂ ਚੀਜ਼ ਨਹੀਂ ਹੁੰਦੀ ਥੱਲੇ ਤੇ ਉਵੇਂ ਸਾਫ਼ ਕਰ ਦਿੰਦੇ ਤਾਂ ਬਸ ਆਹ ਫਾਇਦਾ ਹੈ ਹੋਰ ਕੋਈ ਫਾਇਦਾ ਨਹੀਂ ਹੈਗਾ। ਬਾਕੀ ਇਹਦਾ ਇੱਕ ਡਿਸਐਡਵਾਂਟੇਜ ਐਂ ਵੀ ਹੈ ਵੀ ਇਹ ਰੰਗ ਤਾਰ ਦਿੰਦਾ ਬਈ ਜੇ ਕਿਤੇ ਆਹ ਪ੍ਰੈਸ਼ਰ ਜਾਂ ਤਿੱਖਾ ਵੱਜ ਜਾਵੇ ਨਾ ਇਹ ਹੁਣ ਤਾਂ ਮਤਲਬ ਦੂਜਾ ਹੋਇਆ ਹੋਇਆ ਕੁੱਲੇ ਵਾਲਾ ਜੇ ਐਂ ਕਰਕੇ ਇਹ ਵਾਲਾ ਵੱਜ ਜਾਵੇ ਇੱਕ ਵਾਰ ਇਹਦੇ 'ਤੇ ਨਹੀਂ ਸੱਚ ਇਹ ਵਾਲਾ ਵੱਜ ਜਾਵੇ ਫਿਰ ਤਾਂ ਰੰਗ ਤਾਰ ਦੂਗਾ ਇਹ ਠੀਕ ਹੈ। ਤੇ ਇਹ ਚੀਜ਼ ਮਾੜੇ ਜੇ ਕਿਸੇ ਕੋਲ ਹੈਗੀ ਹੈ ਧਿਆਨ ਨਾਲ ਚਲਾਈ ਕਰੋ ਰੰਗ ਉਤਰਿਆ ਵਾ ਠੀਕ ਹੈ ਇੱਕ ਅੱਧੀ ਵਾਰ ਮੇਰੇ ਤੇ ਤੁਸੀਂ ਹੁਣ ਆਪ ਸਾਹਿਬ ਲਾ ਲਓ ਜਿਹੜਾ ਇਹ ਚੀਜ਼ ਮਤਲਬ ਕਿ ਜੇ ਟਿਊਬ ਰਬੜ ਵਿੱਚ ਤੇ ਗਲੀ ਕੱਢ ਸਕਦੀ ਹੈ ਤਾਂ ਰੰਗ ਤਾਂ ਫਿਰ ਬਹੁਤ ਛੋਟੀ ਚੀਜ਼ ਹੈ ਠੀਕ ਹੈ ਇਹ ਚੀਜ਼ ਧਿਆਨ ਨਾਲ ਚਲਾਈ ਕਰੋ ਫਲਾ ਲੈ ਕਰੋ ਅੱਗੇ ਤੇ ਫਿਰ ਕੋਈ ਨੁਕਸਾਨ ਨਹੀਂ ਕਰਦੀ। ਤੇ ਹਾਂ ਸੱਚ ਮੈਂ ਤੁਹਾਨੂੰ ਇੱਕ ਗੱਲ ਬਈ ਦੱਸਣੀ ਭੁੱਲ ਗਿਆ ਠੀਕ ਹੈ ਮਤਲਬ ਜਦ ਆਪਣੇ 10,000 ਸਬਸਕ੍ਰਾਈਬਰ ਹੋ ਗਏ ਤਾਂ ਮੈਂ ਇਹ ਚੀਜ਼ ਦਾ ਗਿਵ ਅਵੇ ਕਰੂੰਗਾ ਠੀਕ ਹੈ ਆਪਣੇ ਕਿਸੇ ਲੱਕੀ ਸਬਸਕ੍ਰਾਈਬਰ ਨੂੰ 10,000 ਸਬਸਕ੍ਰਾਈਬਰ ਕਰਾ ਦੂ ਛੇਤੀ ਛੇਤੀ ਇਹ ਚੀਜ਼ ਦਾ ਮੈਂ ਗਿਵ ਅਵੇ ਕਰ ਦੇਣਾ ਠੀਕ ਹੈ। ਤੇ ਆਪਾਂ ਨੇ ਤਾਂ ਬਾਈ ਚੌ ਚੂਹੇ ਤਾਰ ਲਿਆ ਠੀਕ ਹੈ 10,000 ਤੇ ਇਹਦਾ ਗਿਵ ਅਵੇ ਕਰ ਦੇਣਾ ਮੈਂ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ 10,000 ਕਰਵਾ ਦਿਓ ਜਲਦੀ ਜਲਦੀ ਫਿਰ ਅਨਾਉਂਸ ਕਰੀਏ ਠੀਕ ਹੈ ਗਿਵ ਅਵੇ ਦੇ ਨੇਮ ਅਭੀ ਚੱਕ ਲਓ ਕੰਮ ਫਿਰ ਸਬਸਕ੍ਰਾਈਬਰ ਵਾਲਾ ਠੀਕ ਹੈ ਕਰੀਏ ਫਿਰ ਗਿਵ ਅਵੇ ਛੇਤੀ ਦੇਖਦੇ ਹਾਂ ਕਿਹਦੇ ਕੋਲ ਪਹੁੰਚਦਾ ਹੈ ਛੇਤੀ ਛੇਤੀ ਸ਼ੇਅਰ ਕਰ ਦਿਓ ਠੀਕ ਹੈ ਤੇ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਜਿਹੜਾ ਨਵਾਂ ਹੈ ਚੈਨਲ ਤੇ। ਬਾਕੀ ਹੁਣ ਕਹਿੰਦੇ ਅੱਜ ਬਾਈ ਕੋਈ ਹੋਰ ਚੀਜ਼ ਟਰਾਈ ਕਰਨ ਲੱਗੇ ਆ ਲਿਆਈ ਮੜਾ ਅੱਗੇ ਨੂੰ ਲਿਆਈ ਪੀਪੀ ਦਾ ਲਿਆ ਤਾਂ ਸਹੀ ਲੈ ਵੀ ਕਰੋ ਗੈਸ ਹੁਣ ਅੱਜ ਕਿਹਦੇ ਵਿੱਚ ਤੇ ਤੂੰ ਆ ਕਢਵਾਈਏ ਠੀਕ ਹੈ ਬਾਕੀ ਸਾਈਕਲ 'ਚ ਤੇ ਤਾਂ ਕਢਵਾਉਣਾ ਨਹੀਂ ਹੈਗਾ ਜਾ ਸਾਹ ਚੜ ਜਾਂਦਾ ਯਾਰ ਸਾਈਕਲ ਦੇ ਪਿੱਛੇ ਬੈਠੇ ਵੀ ਦੋ ਜਣੇ ਆ ਨਾ ਸੱਚ ਇੱਕ ਜਣਾ ਬੈਠਾ ਏ ਉਹ ਥੋੜੀ ਹੋ ਗਿਆ ਕਰਦਾ ਸ਼ੌਚਾਲੇ ਬਣਾਇਆ ਪਿਆ ਹੈ ਪਿੱਛੇ ਹੋਇਆ ਕਿੱਧਰੋਂ ਪਾ ਮੈਂ ਤੈਨੂੰ ਕਿੰਨਾ ਕੁ ਪਿਆ ਡੀਜ਼ਲ ਚ ਡੀਜ਼ਲ ਉਹਦੇ ਵਿੱਚ ਵਾਧੂ ਚਾਹੀਦਾ ਅੱਜ ਬਾਈ ਟਰੈਕਟਰ ਦੇ ਸਲਾਂਸਰ ਚ ਪਾ ਕੇ ਦੇਖਦੇ ਹਾਂ ਨਾ ਸਾਰਾ ਨਹੀਂ ਪਾਣਾ ਟਰੈਕਟਰ ਦੇ ਸਲਾਂਸਰ ਚ ਪਾਣਾ ਹੈ ਦੇਖਦੇ ਆ ਉਹ ਧੂਆਂ ਮਾਰਦਾ ਕਿ ਨਹੀਂ ਇਹ ਨਹੀਂ ਮਾਰੂਗਾ ਟਰੈਕਟਰ ਨਹੀਂ ਮਾਰਦਾ ਤੂੰ ਆ ਛੱਡੀ ਮੜਾ ਕਿੰਨਾ ਕੁ ਪਿਆ ਖਾਸਾ ਪਿਆ ਇਹ ਜਾਣਦੇ ਅੱਗੇ ਰੱਖ ਮੜਾ ਜਾ ਯਾਰ ਨਵੀਂ ਪਹਿਲੇ ਗੇੜ 'ਚ ਛੱਡਿਆ ਵਾ ਇਹ ਓਏ ਬਾਅਦ 'ਚੋਂ ਪਾ ਲਈ ਸਟੋਰੀ ਜਿਹੜੇ ਹਿਸਾਬ ਨਾਲ ਭਜਾਈ ਜਾ ਰਿਹਾ ਅੱਜ ਠੋਕੂ ਕਿਸੇ 'ਚ ਇਹ ਓਏ ਹੌਲੀ ਖੜ ਜਾ ਫਿਰ ਇਹਦੀ ਵੀ ਦੱਬੀ ਹੈ ਰੇਸ ਬ੍ਰੇਕਾਂ ਬਰੂਕਾਂ ਤਾਂ ਹੈ ਨਹੀਂ ਇਹਦੀਆਂ ਇਹਨੂੰ ਪਿੱਛੇ ਰੱਖ ਦੇ ਟਰੈਕਟਰ ਬਸ ਵਾਲ ਲੈਂਦੇ ਆਪਾਂ ਐਨ ਚੰਗੀ ਤਰ੍ਹਾਂ ਰੱਖੀ ਓਏ ਪੈਡਲ ਜਿਹਾ ਵਿੱਚ ਫਸਾ ਦੇ ਬਲੋਟ ਆ ਇਹਦਾ ਹਾਂ 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 ਅੱਗੇ ਕਰ ਦੇਖ ਕੇ ਮਾੜਾ ਜਿਹਾ ਬਸ 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 ਬਹੁਤ ਰਹਿਣ ਦੇ ਚੱਕਾ ਮੁਸਜੂ ਚੱਕਾ ਮੁਸਜੂ ਆ ਜਾ ਲਿਫਟ ਵੀ ਲਗੋਈ ਪਈ ਹੈ
ਦੇਖ ਕੇ ਘਰ ਤਵੇਂ ਇੰਜਣ ਹੀ ਇਹਦਾ ਤੇ ਬਾਈ ਰਿਕੁਐਸਟ ਵਾਲੀ ਗੱਲ ਆ ਜਾਂਦੇ ਜਾਂਦੇ ਸਟੋਰੀਆਂ ਨਾ ਪਾਏ ਕਰੋ ਟਰੈਕਟਰਾਂ ਪਰ ਇਹਨੇ ਚਾੜ ਦੇਣਾ ਤਾਂ ਹੁਣ ਕਿਸੇ ਪਰ ਬਾਈ ਸਨਾਤਰ ਬੋਲਣ ਲੱਗੇ ਆਪਾਂ ਕੀ ਹਾਈ ਕਰਨ ਦਾ ਸਾਲਾ ਸੱਤਾ ਦਾ ਓਸੀ ਜੇ ਪਾ ਲੈ ਫਿਰ ਨਹੀਂ ਓਸੀ ਜੇ ਪਾ ਲੈ ਰੁਕ ਬੰਦ ਨਾ ਕਰ ਬੰਦ ਕਰ ਲੱਗ ਨਾ ਫੜ ਦੇ ਓਸੀ ਜੇ ਪਾ ਲੈ ਸੱਤਾ ਜ਼ਿਆਦਾ ਹੀ ਉਹ ਉੱਪਰ ਤੇ ਫੜ ਲੈ ਨੋਕ ਜੀ ਉਹਦੀ ਨਹੀਂ ਉਹ ਨੋਕ ਜੀ ਫੜ ਲੈਣੀ ਦੀ ਉੱਪਰ ਤੇ ਹਾਂ ਪਾਏ ਦੇ ਹੋਰ ਕਿਆ ਰਿਸਕ ਲੈਣਾ ਪੈਣਾ ਕਾਗਜ਼ ਆ ਕਿੱਥੇ ਆ ਚੱਕਦੇ ਹੁਣ ਦੇਖੀ ਜਾਊ ਦੇਖਾਂ ਤੈਨੂੰ ਹੈਗਾ ਆ ਗੱਬੇ ਵਾਲੀ ਢੋਲਕੀ ਫੜ ਕੇ ਦੇਖ ਮੇਰਾ ਝਾਲਾ ਕਰਤਾ ਇੱਧਰ ਆ ਦੇਖ ਹੱਥ ਤੇਲੋ ਤੇਲੀ ਹੋ ਗਿਆ ਕੰਮ ਲੈ ਵੀ ਮਿੱਤਰਾ ਮੂੰਹ ਪਾਛੇ ਕਰ ਲੋ ਓਏ ਅੱਗ ਦਾ ਅੱਜ ਹੌਲੀ ਹੋਰ ਥੋੜਾ ਵਾ ਹੁਣ ਉਹ ਰਹਿਣ ਦੇ ਸਲਾਂਸਰ ਦੀ ਨੀ ਲੋੜ ਸਲਾਂਸਰ ਨੇ ਐਂ ਕਰ ਦੇਣਾ ਯਾਰ ਉਹ ਯਾਰ ਸਲਾਂਸਰ ਨੀ ਦਾ ਪਾਉਣਾ ਸਲਾਂਸਰ ਨੀ ਪਾ ਕੇ ਫਾਇਦਾ ਬੰਦ ਨਾ ਕਰ ਆਈ ਗੱਡ ਕਾਹਨੂੰ ਦੁਬਾਰਾ ਇਹ ਬੰਦ ਕਰੀ ਜਾਂਦਾ ਆਈ ਪਾ ਹੁਣ ਥੋੜਾ ਪਾਈ ਵਾਪਸ ਆਉਂਦਾ ਵਾਹਿਗੁਰੂ ਮਿੱਤਰ ਭਿਉਂਦ ਆ ਕਹਿੰਦੇ ਚੱਲ ਗੱਲ ਬਣੀ ਨੀ ਜਿਹੜੀ ਬੋਲਟ ਵਾਲੀ ਗੱਲ ਹੈ ਨਾ ਕਾਮਯਾਬ ਨਹੀਂ ਹੈ ਬਾਈ ਟਰੈਕਟਰਾਂ ਟੂਟਰਾਂ 'ਚ ਟਰੈਕਟਰਾਂ 'ਚ ਤਾਂ ਸਮੋਕ ਸਿਸਟਮ ਲਵਾਉਣਾ ਪੈਂਦਾ ਉਹਦਾ ਹੈ ਨਾ ਮੂੰਹ ਲਿਬੜ ਆ ਗਿਆ ਟਰੈਕਟਰ ਲਵੇ ਦਾ ਹਾਂ ਹਾਂ ਆਹ ਦੇਖੋ ਵੀਰੇ ਤੱਕ ਛਿੱਟੇ ਪਏ ਮੈਂ ਅੱਖ 'ਚ ਪੈ ਗਿਆ ਦੇਖੀ ਕਿਤੇ ਨੀ ਗਾਣਾ ਬਦਵਾ ਲਈ ਨੀ ਗਾਣਾ ਬਦਵਾ ਲਈ ਗਾਣਾ ਵੱਧ ਜੂਗੀ ਜਾਂ ਘੱਟ ਜੂਗੀ ਡੀਜ਼ਲ ਡੀਜ਼ਲ ਕੰਮ ਨੀ ਕਰਦੇ ਹੈਗੇ ਡੀਜ਼ਲ ਡੀਜ਼ਲ ਇਕੁਅਲ ਟੂ ਜ਼ੀਰੋ ਚਾ ਮੋੜਦਾ ਫਿਰ ਘਰ ਨੂੰ ਪੁੱਦੂ ਕੰਮ ਦਾ ਕਿਆ ਕਰਨੇ ਆ ਖੇਤ ਬਾਈ ਵਿਹਲੇ ਨੀ ਹੈਗੇ ਓਏ ਮੇਰੇ ਨਾਲ ਮਾਰੀ ਰਹਿਣ ਦੇ ਰਹਿਣ ਪਤਾ ਕਿਆ ਗੱਲ ਹੈ ਆਪਣੇ ਖੇਤ 'ਚ ਬੀਤੀ ਕਣਕ ਹੋਰਾਂ ਦੇ ਖੇਤ 'ਚ ਬਾੜੀ ਹੈ ਬਾਈ ਹੈ ਨਾ ਲੋਕ ਇਤਰਾਜ਼ ਕਰਦੇ ਆ ਹੈ ਨਾ ਹੋਰ ਕਿਆ ਆਹ ਹੁਣ ਪਹੀ ਆਪਾਂ ਲਵੇੜਦੇ ਹੁਣ ਕਈਆਂ ਨੇ ਦੇਖ ਲੈਣਾ ਵੀ ਸਾਲੇ ਆਏ ਤੇ ਕੋਈ ਚੱਲ ਕੋਈ ਨਾ ਕਿਤੇ ਨੀ ਦੇਖੀ ਕਾਮਯਾਬ ਚੱਲਦੇ ਇਹਨੂੰ ਉਹ ਲਵਾਉਣੀ ਪੈਣੀ ਕਿੱਟ ਲਵਾਉਣੀ ਪੈਣੀ ਉਹ ਯਾਰ ਇੰਨਾ ਮਹਿੰਗਾ ਉਹਦਾ ਸਿਸਟਮ ਆ ਆਪਾਂ ਕਿਹੜਾ ਪ੍ਰਪੇਅਰ ਊਂ ਕਰਨਾ ਕੁਛ ਮੈਂ ਤਾਂ ਫੋਨ ਲੈ ਕੇ ਆਇਆ ਤਾਂ ਮੈਂ ਕਿਹਾ ਚੱਲ ਵੀਡੀਓ ਬਣਾਉਂਗੇ ਹਾਂ ਮਾੜਾ ਮਾੜਾ ਤੂੰ ਆ ਮਾਰ ਰਿਹਾ ਬਸ ਮਾੜਾ ਮਾੜਾ ਅੱਗੇ ਦੇਖੀ ਅੱਗੇ ਬਾਬੇ ਉਹ ਕਿੱਥੇ ਬਿਠਾਇਆ ਹੋਇਆ ਦੇਖੋ ਕਿਆ ਉਹ ਨਾ ਨਾ ਇੱਧਰ ਨੂੰ ਨਾ ਬਾਈ ਰਹਿਣ ਦੇ ਕੰਮ ਹੋਰ ਹੁੰਦਾ ਲੱਗਦਾ ਹਾਂ ਹਾਂ ਜਮਾ ਬਾ ਪਿੱਛੇ ਪਿੱਲਰ ਪੁੱਲਰ ਭਾਣਾ ਮਾਰੀ ਕਿਤੇ ਤੁਸੀਂ ਤੋੜ ਦੇਵੇ ਉਹ ਸਾਲਾ ਡਰ ਲੱਗਦਾ ਉਰੇ ਓਏ ਹੌਲੀ ਆਤੇ ਜਾਤੇ ਖੂਬਸੂਰਤ ਬਸ 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 ਉਹ ਬਸ ਆਏ ਨੀ ਉਹ ਆਏ ਨੀ ਲੈ ਕੇ ਜਾਣਾ ਜ਼ੋਰ ਦੇਖੀ ਲੈ ਤੇਰੇ 'ਚ ਬੱਲਾ ਬੱਲਾ ਅਤੇ ਬਾਈ ਇਹ ਹੈਗਾ ਕੁਆਂਟਲ ਦੇ ਕਰੀਬ 2 ਕੁਆਂਟਲ ਦੇ ਕਰੀਬ ਹੋਣਾ ਹੈ ਨਾ ਇਹ 2 ਕੁਆਂਟਲ ਆਰਾਮ ਨਾਲ
ਦਿਖਾਈ ਮਾੜਾ ਟਰਾਈ ਲਾ ਕੇ ਦਿਖਾ ਸ਼ੋਲਡਰ ਇਹ ਆ ਸ਼ੋਲਡਰ ਲਓ ਵੀ ਮਿੱਤਰੋ ਗਰਮ ਗਰਮ ਚਾਹ ਦੇ ਨਾਲ ਕਹਿੰਦੇ ਨਾਲ ਨੂੰ ਮਟਰ ਦੇਸੀ ਘੀ ਵਾਲੇ ਮਟਰ ਖਾ ਲਏ ਪਹਿਲਾਂ ਮੈਂ ਇੱਕ ਦੋ ਤਾਂ ਬਚਿਆ ਵਾ ਇਹ ਭਰਿਆ ਵਾ ਤਾਂ ਪੂਰਾ ਤਾਂ ਇਹ ਕਰੋ ਟੇਸਟ ਫਿਰ ਤੇ ਇੱਕ ਬੰਦੇ ਦੇ ਕਹਿਣ ਨਾਲ ਬਾਈ ਆਪਾਂ ਨੇ ਡੀਜ਼ਲ ਵਾਲਾ ਆਪਣਾ ਸਮੋਕ ਵਾਲਾ ਸਿਸਟਮ ਟਰੈਕਟਰ ਦੇ ਵਿੱਚ ਟਰਾਈ ਕਰ ਲਿਆ ਠੀਕ ਹੈ ਵਧੀਆ ਸਲਾਹ ਤੀ ਵੈਸੇ ਕੰਮ ਨਹੀਂ ਕਰੀ ਹੈਗੀ ਅਤੇ ਐਵੇਂ ਦੀਆਂ ਦਿੰਦੇ ਰਹੇ ਕਰੋ ਸਲਾਹਾਂ ਠੀਕ ਹੈ ਬਾਕੀ ਕੋਈ ਇਹੋ ਜਿਹੀ ਸਲਾਹ ਦਿਓ ਵੀ ਜਿਹੜੀ ਅੰਦਰ ਹੋਵੇ ਜਿਹੜੀ ਐਵੇਂ ਵੀ ਮਤਲਬ ਕਿਉਂ ਨਾ ਜਿਹੜੀ ਹੋਵੇ ਨਾ ਉਹ ਨਾ ਦਿਓ ਠੀਕ ਹੈ ਕਿਸੇ ਸਲਾਹ ਬਾਕੀ ਬਾਈ ਗਿਵਅਵੇ ਆਪਾਂ ਨੇ ਜ਼ਰੂਰ ਕਰਨਾ 10K ਜ਼ਰੂਰ ਕਰਵਾ ਦਿਓ ਮਿਲਦੇ ਹਾਂ ਜੀ ਵਲੋਗ ਬੰਦ ਕਰਦੇ ਹਾਂ ਠੀਕ ਹੈ ਮਿਲਦੇ ਹਾਂ ਕਿਸੇ ਅਗਲੇ ਵਲੋਗ ਵਿੱਚ ਧੰਨਵਾਦ ਜੀ।